ਪਤਾ ਨਹੀਂ ਕਿੰਨੀ ਵੱਡੀ ਮਿਸ ਹੈ। ਆਪਾਂ ਨੂੰ ਵੀ ਕਢਾਊਗੀ ਇੱਥੋਂ। ਸੌਰੀ, ਇੱਥੇ ਰਹਿਣ ਨੂੰ ਸਪੇਸ ਨਹੀਂ ਹੈਗੀ। ਸਪੇਸ ਨੂੰ ਮੈਂ ਕਿਹੜਾ ਤੂੜੀ ਵਾਲੀ ਟਰਾਲੀ ਲੈ ਕੇ ਆਈ ਆ। ਆਈ ਥਿੰਕ ਇਸ ਵਾਰ ਤਾਂ ਅੰਨਾ ਨੂੰ ਬਹੁਤ 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 ਪਸੰਦ ਆਊਗੀ। ਇਸ ਚੀਜ਼ ਦੀ ਮੈਂ ਗਾਰੰਟੀ ਲੈ ਸਕਦੀ ਆ। ਇਸ ਵਾਰੀ ਪਾਗਲਪਨ ਅਲੱਗ ਤਰ੍ਹਾਂ ਦਾ। ਚੱਲ, ਗੱਡੀ ਚਲਾਉਣਾ ਨਹੀਂ ਆਂਦਾ। ਪੇ ਚੱਟਾ ਦਾ ਮੁੰਡਾ ਤੇ ਉਹਨੂੰ ਬੋਲਟ ਚਲਾਉਣਾ ਨਹੀਂ ਆਉਂਦਾ। I have grown up in a village. My half my schooling was in a village. So, ਇਦਾਂ ਨਹੀਂ ਕਿ ਕੋਈ ਚੀਜ਼ ਬੜੀ ਅਣਜਾਣ ਆ। ਮੈਂ ਇਦਾਂ ਦੀ ਲਾਈਫ ਹੰਡਾਈ ਹੋਈ ਆ। ਓਏ ਮੁੰਡਿਓ, ਕੌਣ ਹੈ ਕੁੜੀ? ਇਹਦੀ ਗਰਲਫ੍ਰੈਂਡ। ਚਲੋ ਫੈਸਲਾ ਬਾਅਦ ਚ ਕਰ ਲਿਓ, ਪਰ ਮੇਰਾ ਜੋ ਵੀ ਬੁਆਏਫ੍ਰੈਂਡ ਆ, ਭੱਜ ਕੇ ਮੈਨੂੰ ਫ੍ਰਿਜ ਚੋਂ ਲੱਸੀ ਲਾ ਦਿਓ। ਨਹੀਂ, ਹੈਗੀ ਹੈ ਸਿੰਗਰ ਡੋਮੀਨੈਂਟ ਇੰਡਸਟਰੀ। ਮੈਂ ਨਹੀਂ ਕਹਿੰਦਾ ਕਿ ਨਾਨ ਸਿੰਗਰ ਬੰਦਾ ਐਕਟਰ ਨਹੀਂ ਬਣ ਸਕਦਾ। ਜਿੰਮੀ ਸ਼ੇਰਗਿੱਲ ਭਾਜੀ, ਦੇਵ ਕਰੋੜ ਭਾਜੀ, ਉਹ ਪੰਜਾਬੀ ਸਿਨੇਮਾ ਵੀ ਯੂ ਨੋ ਇਦਾਂ ਦੀਆਂ ਫਿਲਮਾਂ ਬਣਾਵੇ। ਹੁਣ ਉਹ ਤਾਂ ਹੀ ਹੋ ਸਕਦਾ ਜੇ ਸਿਨੇਮਾ 'ਚ ਜਾ ਕੇ ਲੋਕ ਦੇਖਣ, ਤਾਂ ਹੀ ਗਰੋਥ ਹੋਊਗੀ। ਟੀ ਵੀ 'ਤੇ ਦੇਖ ਕੇ ਕਦੇ ਵੀ ਨਹੀਂ ਹੋ ਸਕਦੀ। ਸੋ ਸੋਨਮ ਅਤੇ ਅਜੇ, ਵੈਲਕਮ ਟੂ BBC ਪੰਜਾਬੀ। ਸੋ ਤੁਹਾਡੀ ਜੋੜੀ ਕੁਛ ਸਮੇਂ ਬਾਅਦ ਫਿਰ ਤੋਂ ਆ ਰਹੀ ਹੈ ਵੱਡੇ ਪਰਦੇ 'ਤੇ। ਪਿਛਲੀ ਵਾਰ ਕੈਮਿਸਟਰੀ ਵੇਖਣ ਨੂੰ ਮਿਲੀ ਸੀ, ਬਹੁਤ ਜ਼ਬਰਦਸਤ ਕੈਮਿਸਟਰੀ ਸੀ, ਵਧੀਆ ਪਸੰਦ ਆਈ ਸੀ ਲੋਕਾਂ ਨੂੰ। ਇਸ ਵਾਰ ਕੀ ਡਿਫਰੈਂਟ ਹੋਵੇਗਾ? ਸਭ ਕੁਛ ਡਿਫਰੈਂਟ ਐਕਚੁਅਲੀ। ਜੇ ਉਦੋਂ ਲੋਕਾਂ ਨੂੰ ਕੈਮਿਸਟਰੀ ਪਸੰਦ ਆਈ ਸੀ, ਆਈ ਥਿੰਕ ਇਸ ਵਾਰ ਤਾਂ ਉਹਨਾਂ ਨੂੰ ਬਹੁਤ 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 ਪਸੰਦ ਆਊਗੀ। ਇਸ ਚੀਜ਼ ਦੀ ਮੈਂ ਗਾਰੰਟੀ ਲੈ ਸਕਦੀ ਹਾਂ। ਤੁਸੀਂ ਕੀ ਕਹਿਣਾ ਚਾਹੋਗੇ? ਇਸ ਵਾਰੀ ਪਾਗਲਪਨ ਅਲੱਗ ਤਰ੍ਹਾਂ ਦਾ। ਕਿਸ ਤਰ੍ਹਾਂ ਦਾ? ਇਹ ਤੁਹਾਨੂੰ 5 ਅਗਸਤ ਨੂੰ ਪਤਾ ਲੱਗੇਗਾ। ਹੁਣ ਦੂਜੀ ਫਿਲਮ ਹੈ, ਐਕਸਪੀਰੀਅੰਸ ਵੀ ਥੋੜ੍ਹਾ ਜ਼ਿਆਦਾ ਹੋ ਗਿਆ, ਅਤੇ ਕੋ ਐਕਟਰ ਵੀ ਸੇਮ ਹੈ। ਸੋ ਇਸ ਵਾਰ ਕੰਫਰਟ ਲੈਵਲ ਜ਼ਿਆਦਾ ਸੀ ਅਤੇ ਕੈਰੈਕਟਰ 'ਚ ਕੰਪਲੈਕਸਿਟੀ ਜ਼ਿਆਦਾ ਸੀ? 100% ਕੰਫਰਟ ਲੈਵਲ ਵੀ ਜ਼ਿਆਦਾ ਸੀ, ਪਲੱਸ ਇਹ ਕੈਰੈਕਟਰ 'ਚ ਬਹੁਤ ਕੁਛ ਕਰਨ ਨੂੰ ਹੈ। ਮੈਂ ਪਹਿਲਾਂ ਵੀ ਕਿਹਾ ਹੋਇਆ ਕਿ ਹਰ ਐਕਟਰ ਨੂੰ ਹੈਗਾ ਹੁੰਦਾ ਕਿ ਵੀ ਇੱਦਾਂ ਦਾ ਕੈਰੈਕਟਰ ਪਲੇ ਕਰਨ ਨੂੰ ਮਿਲੇ ਇੱਕੋ ਮੂਵੀ 'ਚ ਜਿਹਦੀ ਇੰਨੀ ਜ਼ਿਆਦਾ ਆਖ ਹੋਵੇ। ਬਿਲਕੁਲ ਪਰਸਨੈਲਿਟੀ ਚੇਂਜ ਹੋ ਜਾਂਦੀ ਪੂਰੀ ਮੂਵੀ 'ਚ। ਮੈਂ ਤਾਂ ਕਹੂੰਗਾ 2 ਕੈਰੈਕਟਰਸ ਹੀ ਹੈ ਵਿਦ ਇਨ 1। ਸੋ ਇਟ ਇਜ਼ ਅ ਵੈਰੀ ਡਿਮਾਂਡਿੰਗ ਐਂਡ ਡ੍ਰੀਮ ਰੋਲ ਫੋਰ ਮੀ। ਵਾਓ, ਸੋ ਇਹਨਾਂ ਲਈ ਤਾਂ ਡ੍ਰੀਮ ਰੋਲ ਹੈ, ਬਟ ਸੋਨਮ ਤੁਸੀਂ ਇਸ ਫਿਲਮ ਨੂੰ ਹਾਂ ਕਿਉਂ ਕੀਤੀ? ਤੁਹਾਡੇ ਲਈ ਕੀ ਰੀਜ਼ਨ ਸੀਗਾ ਇਸ ਫਿਲਮ ਨੂੰ ਹਾਂ ਕਰਨ ਪਿੱਛੇ? ਜਦੋਂ ਤੁਸੀਂ ਫਿਲਮ ਦੇਖੋਗੇ, ਐਕਚੁਅਲੀ ਮੈਨੂੰ ਲਾਡੋ ਦਾ ਕੈਰੈਕਟਰ ਪਲੇ ਕਰਦੇ ਟਾਈਮ ਹੀ ਇੰਨਾ ਮਜ਼ਾ ਆਇਆ ਨਾ, ਇੰਨਾ ਮਜ਼ਾ ਆਇਆ ਦੈਟ ਆਈ ਵਿਸ਼ ਆਈ ਹੈਵ ਦੀ ਓਪਰਚੁਨਿਟੀ ਟੂ ਡੂ ਇਟ ਅਗੈਨ, ਮੇ ਬੀ ਇਨ ਪਾਰਟ 2 ਇਫ ਇਟ ਐਵਰ ਕਮਸ ਐਟ ਆਲ। ਤਾਂ ਜਿੱਦਾਂ ਦੀ ਉਹ ਕੁੜੀ ਆ, ਹਾਊ ਸ਼ੀ ਟੱਚਿਸ ਸੋ ਮੈਨੀ ਲਾਈਵਸ ਇਨ ਦ ਮੂਵੀ, ਤੋ ਇਹ ਬਹੁਤ ਡਿਫਰੈਂਟ ਆ। ਔਰ ਐਜ਼ ਐਨ ਐਕਟਰ ਯੂ ਵਾਂਟ ਟੂ ਡੂ ਡਿਫਰੈਂਟ ਰੋਲਸ, ਡਿਫਰੈਂਟ ਫਿਲਮਸ, ਦੈਟ ਇਜ਼ ਵਨ ਆਫ ਦ ਰੀਜ਼ਨਸ ਕਿ ਮੈਂ ਹਾਂ ਕੀਤੀ ਇਹ ਫਿਲਮ ਨੂੰ। ਔਰ ਪਲੱਸ ਮੈਨੂੰ ਸੁਣ ਕੇ ਬਹੁਤ ਮਜ਼ਾ ਆਇਆ ਕੈਰੈਕਟਰ, ਔਰ ਫਿਰ ਕਰਕੇ ਤਾਂ ਹੋਰ ਜ਼ਿਆਦਾ ਮਜ਼ਾ ਆਇਆ। ਔਲਸੋ ਤੁਹਾਨੂੰ ਲੱਗਿਆ ਕਿ ਅੜਬ ਮੁਟਿਆਰਾਂ ਵਿੱਚ ਤੁਸੀਂ ਦੇਸੀ, ਟਿਪੀਕਲ ਦੇਸੀ ਬਣੇ ਸੀ, ਤੋ ਇੱਕ ਲਾਈਕਿੰਗ ਹੈ ਆਡੀਅੰਸ ਦੀ, ਹੂ ਵਾਂਟਸ ਟੂ ਲਾਈਕ ਸੀ ਯੂ ਦੇਸੀ, ਅਦਰਵਾਈਜ਼ ਤੁਹਾਡੀ ਇੱਕ ਇਮੇਜ ਹੈ ਜਿਹੜੀ ਥੋੜ੍ਹੀ ਨੋਨ ਦੇਸੀ ਹੈ, ਹੈ ਨਾ? ਸੋ ਉਹ ਉਸ ਚੀਜ਼ ਨੇ ਕੌਨਫੀਡੈਂਸ ਦਿੱਤਾ, ਕਿਉਂਕਿ ਇਹ ਵੀ ਆਈ ਥਿੰਕ ਪੂਰਾ ਦੇਸੀ ਕਿਰਦਾਰ ਹੈ। ਹਾਂ, ਪੂਰਾ ਦੇਸੀ ਹੈ, ਬਟ ਜਿਹੜਾ ਜੇ ਬਹੁਤ ਸਿੰਪਲ ਵਰਡਸ 'ਚ ਕਹੀਏ ਸੁਭਾਅ, ਤਾਂ ਐਕਸਟ੍ਰੀਮਲੀ ਡਿਫਰੈਂਟ। ਲਾਈਕ ਬੱਬੂ ਬੈਂਸ ਵਾਜ਼ ਸਮਵਨ ਹੂ ਸੋ ਕੌਨਫੀਡੈਂਟ, ਯੂ ਨੋ ਟੌਮ ਬੋਏ, ਸ਼ੀ ਇਜ਼ ਵੈਰੀ ਫੈਮਿਨਨ, ਵੈਰੀ ਭੋਲੀ, ਬਟ ਆਲਸੋ ਬਟ ਸ਼ੀ ਇਜ਼ ਫਨ ਲਵਿੰਗ, ਲਾਈਕ ਸ਼ੀ ਇਜ਼ ਫੁੱਲ ਆਫ ਲਾਈਫ ਬਟ ਇਨ ਹਰ ਓਨ ਵੇ। ਬਟ ਮੈਨੂੰ ਹਮੇਸ਼ਾ ਹੀ ਦੇਸੀ ਕੈਰੈਕਟਰਸ ਕਰਨ 'ਚ ਬਹੁਤ ਮਜ਼ਾ ਆਉਂਦਾ, ਕਿਉਂਕਿ ਮੈਂ ਲਾਡੋ ਦੇ ਕੈਰੈਕਟਰ 'ਚ ਇੰਨੇ ਸਾਰੇ ਆਪਣੇ ਰਿਲੇਟਿਵਸ ਨੂੰ ਵੀ ਦੇਖ ਸਕਦੀ ਹਾਂ ਨਾ, ਜਿੱਦਾਂ ਮੇਰੇ ਭੂਆ ਜੀ ਹੋ ਗਏ, ਜਾਂ ਕਾਫੀ ਸਾਰੀ ਚੀਜ਼ਾਂ, ਲਾਈਕ ਗਰੋਇੰਗ ਅਪ ਹਾਓ ਆਈਵ ਸੀਨ ਐਲਡਰਸ ਆਫ ਦਾ ਹਾਊਸ ਟੋਕ ਔਰ ਬਿਹੇਵ, ਉਹ ਸਾਰਾ ਕੁਛ ਐਕਚੁਅਲੀ 'ਚ ਉਹ ਮੈਮਰੀਜ਼ ਵੀ, ਯੂ ਨੋ ਇਨ ਅ ਵੇ ਦੋਜ ਮੈਮਰੀਜ਼ ਖੇਮ ਅਲਾਈਵ ਵਾਇਲ ਆਈ ਵਾਜ਼ ਡੂਇੰਗ ਦਿਸ। ਤਾਂ ਪਤਾ ਨਹੀਂ ਕਿਉਂ ਮੈਨੂੰ ਇੱਕ ਅਟੈਚਮੈਂਟ ਜੀ ਹੈ ਜਿੱਦਾਂ ਦੇ, ਕਿਉਂਕਿ ਪਿੰਡਾਂ ਦੇ ਲੋਕ ਨਾ ਬਹੁਤ ਭੋਲੇ ਭਾਲੇ ਹੁੰਦੇ ਆ, ਔਰ ਉਹ ਮੈਂ ਦੇਖਿਆ ਆ ਉਹ ਲਾਈਫ 'ਚ, ਮੈਂ ਦੇਖਿਆ ਆ। ਸੋ ਇਟਸ ਆਲਵੇਜ਼ ਸੋ ਨਾਈਸ ਟੂ ਪਰਫੋਰਮ ਸਮਥਿੰਗ ਵਿਚ ਇਜ਼ ਸੋ ਪਿਓਰ ਐਂਡ ਰੀਅਲ, ਜਿਹਦੇ ਨਾਲ ਆਮ ਲੋਕ ਕਨੈਕਟ ਕਰ ਸਕਣ। ਆਈ ਹੈਵ ਗਰੋਨ ਅਪ ਇਨ ਅ ਵਿਲੇਜ, ਆਈ ਡੋਂਟ ਨੋ ਹਾਊ ਮੈਨੀ ਪੀਪਲ ਨੋ ਦੈਟ, ਬਟ I have grown up in a village. My half my schooling was in a village. So edda nahi ki koi cheez badi anjaan hai, main edda di life handai hui hai, lekin not maybe like her ki bhi main bahar kam karan gi aur mainu english nahi si bolni aundi ya oh sab, but kite na kite some part of it is actually how I am. ਔਰ ਬਾਕੀ ਤੁਸੀਂ ਕੋਈ ਵੀ ਕਿਰਦਾਰ ਕਰੋ, ਦਿਸ ਇਜ਼ ਦ ਬੋਡੀ, ਦਿਸ ਇਜ਼ ਐਨ ਐਕਟਰਸ ਇੰਸਟਰੂਮੈਂਟ, ਮੇਰੀ ਆਵਾਜ਼ ਵੀ ਸੇਮ ਰਹੂਗੀ ਮੇਰੇ। ਸੋ ਕਾਫੀ ਕੁਛ ਤੁਹਾਡੀ ਆਪਣੀ ਪਰਸਨੈਲਿਟੀ ਦਾ ਉਸ ਕੈਰੈਕਟਰ 'ਚ ਆਉਂਦਾ। ਆਈ ਮੀਨ ਟੁਮੋਰੋ, ਲਾਈਕ
ਜੇ ਲਾਡੋ ਕੋਈ ਹੋਰ ਪਲੇ ਕਰਦਾ ਇਟ ਵੁੱਡ ਹੈਵ ਬੀਨ ਮੇ ਬੀ ਵੈਰੀ ਡਿਫਰੈਂਟ ਨਹੀਂ ਬਿਲਕੁਲ ਅਸੀਂ ਟ੍ਰੇਲਰ ਵਿੱਚ ਡਾਇਲੋਗ ਵੇਖਿਆ ਜਿੱਥੇ ਯੂ ਸਪੀਕ ਇੰਗਲਿਸ਼ ਟੁੱਟੀ ਫੁੱਟੀ ਉਹ ਮਤਲਬ ਟੁੱਟੀ ਫੁੱਟੀ ਇੰਗਲਿਸ਼ ਯੂ ਹੈਡ ਉਹ ਚੈਲੰਜ ਸੀਗਾ ਯਾ ਉਹ ਚੈਲੰਜ ਸੀਗਾ ਕਿਵੇਂ ਕਿਵੇਂ ਹਾਊ ਡਿਡ ਯੂ ਓਵਰਕਮ ਇਟ ਓਵਰਕਮ ਤੇ ਮਤਲਬ ਕਿ ਸੁਣਿਆ ਤਾਂ ਹੈ ਜਦੋਂ ਜੇ ਕੋਈ ਜਦੋਂ ਟਰਾਈ ਕਰਦਾ ਆ ਬਾਕੀ ਇੱਕ ਇੱਕ ਸਿੰਮੂ ਬਾਲ ਨੇ ਮੇਰੀ ਬਹੁਤ ਹੈਲਪ ਕੀਤੀ ਆਈ ਯੂਸ ਟੂ ਕਾਲ ਹਰ ਟੂ ਆਸਕ ਹਰ ਅ ਸਰਟਨ ਅ ਫਿਊ ਥਿੰਗਸ ਅਤੇ ਉਹ ਮੈਨੂੰ ਹੈਲਪ ਕਰਦੀ ਹੁੰਦੀ ਸੀ ਤਾਂ ਮੈਂ ਸਿੱਖਦੀ ਸੀ ਸੋ ਸਮਟਾਈਮਸ ਆਈ ਯੂਸ ਟੂ ਪ੍ਰੈਕਟਿਸ ਕਿ ਜੇ ਟੁੱਟੀ ਫੁੱਟੀ ਇੰਗਲਿਸ਼ ਬੋਲਣੀ ਆ ਤਾਂ ਉਹ ਕਿੱਦਾਂ ਕਰਨਾ ਆ ਅਤੇ ਮੈਂ ਇੰਗਲਿਸ਼ ਨਹੀਂ ਸੀ ਇਸ ਸ਼ੂਟਿੰਗ ਦੇ ਦੌਰਾਨ ਆਈ ਯੂਸ ਟੂ ਅਵੋਇਡ ਟਾਕਿੰਗ ਇਨ ਇੰਗਲਿਸ਼ ਕੰਪਲੀਟਲੀ ਅਤੇ ਉਹ ਚੀਜ਼ਾਂ ਆਈ ਥਿੰਕ ਤੁਹਾਨੂੰ ਹੈਲਪ ਕਰਦੀਆਂ ਬਟ ਉਹ ਥੋੜ੍ਹੀ ਜਿਹੀ ਪ੍ਰੈਕਟਿਸ ਕੀਤੀ ਤੁਸੀਂ ਸਿੰਗਰ ਨਹੀਂ ਹੋ ਅਤੇ ਸਾਰਿਆਂ ਨੂੰ ਪਤਾ ਕਿ ਇੰਡਸਟਰੀ ਵਿੱਚ ਸਿੰਗਰਸ ਡੋਮੀਨੇਟ ਕਰਦੇ ਨੇ ਸੋ ਬੀਇੰਗ ਐਨ ਐਕਟਰ ਇੱਕ ਨਵਾਂ ਚਿਹਰਾ ਹੋਣ ਕਾਰਨ ਕੋਈ ਡਰ ਹੈ ਕਿ ਇੰਡਸਟਰੀ ਵਿੱਚ ਕਿਵੇਂ ਸੈਟਲਮੈਂਟ ਹੋਏਗੀ ਨਹੀਂ ਹੈਗੀ ਹੈ ਸਿੰਗਰ ਡੋਮੀਨੇਟ ਇੰਡਸਟਰੀ ਮੈਂ ਨਹੀਂ ਕਹਿੰਦਾ ਕਿ ਨੋਨ ਸਿੰਗਰ ਬੰਦਾ ਐਕਟਰ ਨਹੀਂ ਬਣ ਸਕਦਾ ਜਿੰਮੀ ਸ਼ੇਰਗਿੱਲ ਭਾਅ ਜੀ ਦੇਵ ਕਰੋੜ ਭਾਅ ਜੀ ਠੀਕ ਹੈ ਸੋ ਇੱਦਾਂ ਦੀ ਕੋਈ ਗੱਲ ਨਹੀਂ ਹੈ ਤੁਸੀਂ ਸਾਨੂੰ ਬਸ ਓਨੈਸਟ ਹੋਣਾ ਪਊਗਾ ਆਪਣੇ ਕੰਮ ਨਾਲ ਜਦੋਂ ਮੈਨੂੰ ਜਿੰਦ ਮਾਹੀ ਲਈ ਵੀ ਦੱਸਿਆ ਗਿਆ ਸੀਗਾ ਆਈ ਵਾਜ਼ ਵੈਰੀ ਐਕਸਾਈਟਿਡ ਮੈਂ ਅੱਗੇ ਵੀ ਕਿਹਾ ਕਿ ਆ ਰੋਲ ਹੀ ਐਸਾ ਹੈ ਕਿ ਕੋਈ ਵੀ ਐਕਟਰ ਇਸ ਰੋਲ ਨੂੰ ਮਨ੍ਹਾ ਨਹੀਂ ਕਰੂਗਾ ਸੋ ਮੇਰੇ ਲਈ ਇੰਨੀ ਬਹੁਤ ਵੱਡੀ ਗੱਲ ਸੀਗੀ ਕਿ ਵੀ ਇਹ ਸਿੱਧਾ ਆਇਆ ਹੀ ਮੇਰੇ ਕੋਲ ਮੇ ਬੀ ਉਹਨਾਂ ਨੂੰ ਮੇਰੇ 'ਚ ਕੁਝ ਦਿਖਦਾ ਹੋਵੇ ਮੇਰੇ 'ਤੇ ਉਹਨਾਂ ਨੇ ਫਿਰ ਤੋਂ ਟਰੱਸਟ ਕੀਤਾ ਨਹੀਂ ਪਰ ਐਜ਼ ਐਨ ਐਕਟਰ ਤੁਹਾਨੂੰ ਇਨਸਿਕਿਉਰਿਟੀ ਹੈ ਕੁਝ ਪੰਜਾਬੀ ਸਿਨੇਮਾ ਨੂੰ ਲੈ ਕੇ ਨਹੀਂ ਨਹੀਂ ਮੈਨੂੰ ਨਹੀਂ ਹੈ ਇਨਸਿਕਿਉਰਿਟੀ ਟੂ ਬੀ ਓਨੈਸਟ ਮੈਨੂੰ ਇਹ ਪਤਾ ਕਿ ਮੈਂ ਦਿਲੋਂ ਕੰਮ ਕਰਦਾ ਬਾਕੀ ਤਾਂ ਸ਼ੋਰ ਸ਼ਾਰਟ ਫਾਰਮੂਲਾ ਕੋਈ ਵੀ ਨਹੀਂ ਹੈਗਾ ਭਾਵੇਂ ਤੁਸੀਂ ਸਿੰਗਰ ਹੋ ਨਾ ਹੋ ਨੋਬਡੀ ਕੈਨ ਗਰੰਟੀ ਯੂ ਅ ਲੌਂਗ ਰਨ ਇਨ ਦਿਸ ਇੰਡਸਟਰੀ ਸੋ ਤੁਹਾਨੂੰ ਬਸ ਓਨੈਸਟੀ ਨਾਲ ਕੰਮ ਕਰੀ ਜਾਓ ਮੇਰੇ ਲਈ ਇੰਨਾ ਹੀ ਹੈ ਕਿ ਸੋ ਆਈ ਐਮ ਨੋਟ ਰੀਅਲੀ ਇਨਸਿਕਿਉਰ ਸੋ ਤੁਹਾਡੀ ਜਰਨੀ ਸ਼ੁਰੂ ਕਿੱਥੋਂ ਹੋਈ ਸੀ ਮੈਂ ਜੀ ਬੰਬੇ ਹੁੰਦਾ ਸੀਗਾ 2016 ਔਨਵਰਡਸ ਮੈਂ 15 'ਚ ਐਕਟਿੰਗ ਸਕੂਲ ਸੀ 16 ਔਨਵਰਡਸ ਮੈਂ ਬੰਬੇ ਰਹਿੰਦਾ ਹੁੰਦਾ ਸੀ ਉੱਥੇ ਮੈਂ ਆਡੀਸ਼ਨਸ ਵਗੈਰਾ ਦੇ ਰਿਹਾ ਸੀਗਾ ਉੱਥੇ ਫਿਲਮਾਂ 'ਚ ਚਾਂਸ ਨਹੀਂ ਕਦੀ ਬਣਿਆ ਬਟ ਟੀ ਵੀ ਸ਼ੋਅ 'ਚ ਛੋਟੇ ਮੋਟੇ ਰੋਲ ਮੈਂ ਕੀਤੇ ਇੱਕ 24 ਸੀਜ਼ਨ 2 'ਚ ਕੀਤਾ ਸੀ ਫਿਰ ਕਲਰਸ 'ਤੇ ਆਉਂਦਾ ਸੀ ਇੱਕ ਏਕ ਸ਼ਿੰਗਾਰ ਸਵਾਭਿਮਾਨ ਉਹਦੇ 'ਚ ਮੈਂ ਕੈਮੀਓ ਰੋਲ ਕੀਤਾ ਸੀ ਸੋ ਇਹੋ ਜਿਹੇ ਐਡਵਰਟਾਈਜ਼ਮੈਂਟ ਕੀਤੀਆਂ ਸੀਗੀਆਂ ਇੱਦਾਂ ਮੇਰਾ ਕੰਮ ਚੱਲੀ ਜਾ ਰਿਹਾ ਸੀ ਉੱਥੇ ਮੈਂ ਗੁਰਬੀਰ ਭਾਅ ਜੀ ਨੂੰ ਮਿਲਿਆ ਸੀਗਾ ਗੁਰਬੀਰ ਸਿੰਘ ਸਿੱਧੂ ਟੂ ਹਾਓ ਆਈ ਗੋਟ ਇੰਟਰੋਡਿਊਸਡ ਹੇਅਰ ਕਿਵੇਂ ਸਕਰੀਨ ਟੈਸਟ ਹੋਏ ਸਾਰਾ ਕੁਝ ਕਿਵੇਂ ਫਿਰ ਅੜਮ ਮੁਟਿਆਰਾਂ 'ਚ ਇੱਕ ਰੋਲ ਸੀਗਾ ਜੋ ਕਿ ਉਹਨਾਂ ਨੂੰ ਮੇ ਬੀ ਆਲਰੇਡੀ ਆ ਸਕਸੈਸਫੁਲ ਫੇਸ ਨਹੀਂ ਚਾਹੀਦਾ ਹੋਏ ਜਾਂ ਇੱਦਾਂ ਮੈਨੂੰ ਚਾਂਸ ਮਿਲ ਗਿਆ ਆਈ ਐਮ ਵੈਰੀ ਗ੍ਰੇਟਫੁਲ ਅੱਛਾ ਜਿੱਦਾਂ ਸੋਨਮ ਵਰਗੀ ਐਕਸਪੀਰੀਅੰਸ ਐਕਟਰ ਸੀਨੀਅਰ ਐਕਟਰ ਨਾਲ ਤੁਸੀਂ ਕੰਮ ਕਰਦੇ ਹੋ ਸੀਨੀਅਰ ਸੀਨੀਅਰ ਤੁਸੀਂ ਐ ਕਹਿ ਰਹੇ ਹੋ ਜਿੱਦਾਂ ਮੈਂ ਕੋਈ ਮਤ ਸੀਨੀਅਰ ਐਕਟਰ ਪਤਾ ਕਿੱਦਾਂ ਕਿੱਦਾਂ ਕਹਿ ਰਹੇ ਹੋ ਲਾਈਕ ਜਿੱਦਾਂ ਆਪਾਂ ਨਿਰਮਲ ਰਿਸ਼ੀ ਯਾ ਯੂ ਮੇਡ ਮੀ ਲੁੱਕ ਲਾਈਕ ਐਂਡ ਸਾਊਂਡ ਲਾਈਕ ਅ ਸੀਨੀਅਰ ਸਿਟੀਜ਼ਨ ਜੇ ਰੋਈ ਮੈਂ ਪੈਰੀ ਹੱਥ ਨਹੀਂ ਲਾਉਂਦਾ ਸੜਕ ਤੇ ਆਗੇ ਬਾਜੋ ਸਾਹਿਬ ਕਹਿ ਕੇ ਦੇਖ ਲਓ ਹੁਣ ਦੇਖ ਲਓ ਨਹੀਂ ਯੂ ਹੈਵ ਟੂ ਡਿਫੈਂਡ ਮੀ ਯਾਰ ਪੇਪਰ ਤੋੜ ਰਹੀ ਹੈ ਹਾਂ ਅੱਛਾ ਅੱਛਾ ਚਲ ਜੋ ਠੀਕ ਹੈ ਠੀਕ ਫਸਟ ਫਿਲਮ 'ਚ ਬਿਲਕੁਲ ਅਲੱਗ ਐਕਸਪੀਰੀਅੰਸ ਸੀਗਾ ਬਿਕੋਜ਼ ਆਈ ਡਿਡਨਟ ਨੋ ਹਰ ਦੈਟ ਮੱਚ ਉਸ ਤੋਂ ਬਾਅਦ ਇੱਕ ਫਰੈਂਡਸ਼ਿਪ ਵੀ ਹੋ ਗਈ ਹੁਣ ਬੌਂਡ ਇੱਦਾਂ ਦਾ ਕਿ ਅਸੀਂ ਆਪਸ ਮਜ਼ਾਕ ਕਰ ਲਈਦਾ ਹੈ ਹਸੀ ਮਜ਼ਾਕ ਚੱਲਦਾ ਰਹਿੰਦਾ ਹੈ ਫਿਰ ਉਹ ਅਲੱਗ ਜਿਹੀ ਐਨਰਜੀ ਰਹਿੰਦੀ ਹੈ ਸੈੱਟ 'ਤੇ ਤੁਸੀਂ ਜ਼ਿਆਦਾ ਕ੍ਰੀਏਟਿਵ ਹੋ ਜਾਂਦੇ ਹੋ ਉਹ ਸਾਨੂੰ ਦਿਖੂਗਾ ਸਕਰੀਨ 'ਤੇ ਮੈਜਿਕ ਦਿਖੂਗਾ ਪੰਜਾਬੀ ਸਿਨੇਮਾ ਕਾਫੀ ਚਿਰ ਤੋਂ ਰੋਮੈਂਟ ਜਿਹੜੀ ਕੌਮੇਡੀ ਫਿਲਮ 'ਤੇ ਉਹੀ ਰੂਲ ਕਰ ਰਹੀਆਂ ਸੀ ਪਰ ਹੁਣ ਲੱਗ ਰਿਹਾ ਕਿ ਲਵ ਸਟੋਰੀਜ਼ ਆ ਰਹੀਆਂ ਨੇ ਬਹੁਤ ਡਿਫਰੈਂਟ ਡਿਫਰੈਂਟ ਤਰੀਕੇ ਦੀਆਂ ਲੱਗ ਰਿਹਾ ਜੋਨਰ ਚੇਂਜ ਹੋ ਰਿਹਾ ਪੰਜਾਬੀ ਸਿਨੇਮਾ ਦੇ ਵਿੱਚ ਲੱਗ ਤਾਂ ਰਿਹਾ ਆ ਬਟ ਆਡੀਅੰਸ ਦੀ ਐਕਸੈਪਟੈਂਸ ਬਹੁਤ ਜ਼ਰੂਰੀ ਆ ਫੋਰ ਇਟ ਟੂ ਸਸਟੇਨ ਕਿ ਬਈ ਲੋਕ ਡਿਫਰੈਂਟ ਸਬਜੈਕਟਸ ਜਾਂ ਡਿਫਰੈਂਟ ਤਰ੍ਹਾਂ ਦੀਆਂ ਸਟੋਰੀਜ਼ ਲੈ ਕੇ ਆਉਣ ਅਤੇ ਮੁੱਕਦੀ ਗੱਲ ਫਿਰ ਉਹੀ ਯੂ ਨੋ ਉੱਥੇ ਹੀ ਗੱਲ ਆ ਜਾਂਦੀ ਆ ਕਿ ਸਿਨੇਮਾ 'ਚ ਫਿਲਮ ਦਾ ਦੇਖਣਾ ਜ਼ਰੂਰੀ ਆ ਅਦਰਵਾਈਜ਼ ਵੀ ਕੈਨ ਜਸਟ ਕੀਪ ਟੋਕਿੰਗ ਅਬਾਊਟ ਕਿ ਉਹ ਪੰਜਾਬੀ ਸਿਨੇਮਾ ਵੀ ਯੂ ਨੋ ਇੱਦਾਂ ਦੀਆਂ ਫਿਲਮਾਂ ਬਣਾਵੇ ਹੁਣ ਉਹ ਤਾਂ ਹੀ ਹੋ ਸਕਦਾ ਜੇ ਸਿਨੇਮਾ 'ਚ ਜਾ ਕੇ ਲੋਕ ਦੇਖਣ ਤਾਂ ਹੀ ਗਰੋਥ ਹੋਊਗੀ ਟੀ ਵੀ 'ਤੇ ਦੇਖ ਕੇ ਕਦੇ ਵੀ ਨਹੀਂ ਹੋ ਸਕਦੀ ਸੋ ਵੀ ਵਿਲ ਕੀਪ ਟਰਾਇੰਗ ਇਫ ਨੋਟ 3 ਫਿਲਮਸ ਔਰ 4 ਫਿਲਮਸ ਅ ਈਅਰ ਮਤਲਬ ਮੈਂ ਆਪਣੀ ਗੱਲ ਕਰ ਰਹੀ ਹਾਂ ਬਟ ਐਟਲੀਸਟ ਇੱਕ ਫਿਲਮ ਇੱਦਾਂ ਦੀ ਵਿਚ ਇਜ਼ ਵੈਰੀ ਹਟ ਕੇ ਜਾਂ ਆਊਟ ਆਫ ਦ ਬੋਕਸ ਬਟ ਉਹਦੇ ਲਈ ਸਾਥ ਦੀ ਬਹੁਤ ਲੋੜ ਆ